ਬਠਿੰਡਾ ਤੋਂ ਸਾਡੇ ਪੱਤਰਕਾਰ ਕੁਲਬੀਰ ਬੀਰਾ ਇਸ ਵੇਲੇ ਜਾਣਕਾਰੀ ਦੇਣਗੇ ਕਿਉਂਕਿ ਬਠਿੰਡਾ ਜਾਂਚ ਪੜਤਾਲ ਹੋ ਰਹੀ ਐ ਐਮਚਾ ਦੀ ਟੀਮ ਵੱਲੋਂ ਦੌਰਾ ਕੀਤਾ ਗਿਆ ਔਰ ਜਾਂਚ ਕੀਤੀ ਜਾ ਰਹੀ ਹੈ ਕੁਲਬੀਰ ਕੀ ਅਪਡੇਟ ਆ ਜੇ ਦੇਖਿਆ ਤਾਂ ਪਿਛਲੇ ਦਿਨੀ 5 ਤਰੀਕ ਨੂੰ ਪ੍ਰਧਾਨ ਮੰਤਰੀ ਜਿਹਦੇ ਦੌਰੇ ਨੂੰ ਲੈ ਕੇ ਜੋ ਸਿਕਿਉਰਟੀ ਦੇ ਵਿੱਚ ਕਲਾਪਸ ਹੋਏ ਨੇ ਉਸ ਨੂੰ ਲੈ ਕੇ ਲਗਾਤਾਰ ਚਰਚਾਵਾਂ ਛੜੀਆਂ ਹੋਈਆਂ ਨੇ ਦੇਸ਼ ਦੇ ਵਿੱਚ ਕਿ ਇਹ ਕਿਸ ਤਰ੍ਹਾਂ ਹੋਇਆ ਕਿਉਂ ਹੋਇਆ ਔਰ ਅੱਜ ਜੇ ਦੇਖਿਆ ਜਾਵੇ ਤਾਂ ਟੀਮ ਜੋ ਐਮ ਐਚ اے ਦੀ ਟੀਮ ਜੋ ਕੇਂਦਰ ਤੋਂ ਆਈ ਹੋਈ ਹੈ ਉਸਨੇ ਵੱਖ-ਵੱਖ ਜਗ੍ਹਾ ਤੇ ਦੌਰੇ ਕੀਤੇ ਨੇ ਜਿਸ ਵਿੱਚ ਫਿਰੋਜ਼ਪੁਰ ਉਹਨਾਂ ਨੇ ਉੱਚ ਅਧਿਕਾਰੀਆਂ ਨਾਲ ਜੋ ਇਸ ਦੇ ਵਿੱਚ ਕਹ ਸਕਦੇ ਆ ਕਿ ਗਿਲਟੀ ਪਾਏ ਜਾ ਰਹੇ ਸੀਗੇ ਉਹਨਾਂ ਨਾਲ ਮੀਟਿੰਗਾਂ ਵੀ ਕੀਤੀਆਂ ਔਰ ਉਸ ਮੀਟਿੰਗਾਂ ਤੋਂ ਬਾਅਦ ਉਹਨਾਂ ਨੇ ਬਠਿੰਡਾ ਹੁੰਦੇ ਹੋਏ 에ਰਪੋਰਟ ਪੱਸੀਆਣਾ ਪਹੁੰਚੇ ਨੇ ਔਰ ਉੱਥੇ ਵੀ ਉਹਨਾਂ ਨੇ ਕੁਛ ਦਿਨ ਮੀਟਿੰਗ ਕਰਨ ਤੋਂ ਬਾਅਦ ਉਹ ਵਾਪਸ ਚਲੇ ਗਏ ਨੇ ਔਰ ਇਸ ਦੇ ਵਿੱਚ ਦੇਖਿਆ ਜਾਵੇ ਤਾਂ ਬਠਿੰਡਾ ਦੇ ਵਿੱਚ ਬਠਿੰਡਾ ਦੇ ਐਸਐਸਪੀ ਅਜੇ ਮਲੂਜਾ ਨੂੰ ਵੀ ਨੋਟਿਸ ਜਾਰੀ ਹੋਇਆ ਕਿਉਂਕਿ ਕਿਤਨਾ ਕਿਤੇ ਜਿਹੜੀ ਕੋਤਾਈ ਵਰਤੀ ਗਈ ਹੈ ਉਸ ਦੇ ਵਿੱਚ ਜੋ ਜਿਹੜੇ ਕਿ ਆਪਣਾ ਕਹਿ ਸਕਦੇ ਆ ਕਿ ਅਫੀਸਰ ਸਾਹਿਬਾਨ ਪਾਏ ਜਾ ਰਹੇ ਨੇ ਜਾਂ ਜੋ ਵੀ ਟੀਮ ਨੂੰ ਲੱਗਦਾ ਹੈ ਕਿ ਉਹਨਾਂ ਤੋਂ ਪੁੱਛ ਕੇ ਚ ਜਿਹੜੀ ਆ ਉਹ ਜਾਰੀ ਰੱਖੀ ਗਈ ਹੈ ਅ ਕੁਲਵੀਰ ਜਿਹੜੀ ਟੀਮ ਦਾ ਬਠਿੰਡੇ ਦੇ ਵਿੱਚ ਅੱਜ ਦੌਰਾ ਸੀ ਉੱਥੇ ਕੀ ਕੀ ਗਤੀਵਿਧੀਆਂ ਪਾਈਆਂ ਗਈਆਂ ਨੇ ਕਿਹੋ ਜਿਹੇ ਰੁਝਾਨ ਉਹਨਾਂ ਦੇ ਵੇਖਣ ਨੂੰ ਮਿਲੇ ਨੇ ਕਿਸ ਕਿਸ ਨਾਲ ਬੈਠਕ ਕੀਤੀ ਕਿਸ ਕਿਸ ਤੋਂ ਪੁੱਛਗਿੱਛ ਕੀਤੀ ਹੈ ਕਿਹੜੀ ਕਿਹੜੀ ਜਗ੍ਹਾ ਦੇ ਉੱਤੇ ਦੌਰਾ ਕੀਤਾ ਬਠਿੰਡਾ ਦੇ ਵਿੱਚ ਕੇਵਲ ਬਟਿੰਡਾ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਬਟਿੰਡਾ ਦੇ ਐਸਐਸਪੀ ਨਾਲ ਹੀ ਪ੍ਰੋਬਲਮ ਹੈ ਬਟਿੰਡਾ ਦੇ ਐਸਐਸਪੀ ਨੂੰ ਹੀ ਨੋਟਿਸ ਜਾਰੀ ਹੋਇਆ ਔਰ ਉਸ ਉਹਨਾਂ ਤੋਂ ਹੀ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਗਈ ਹੈ ਔਰ ਬਟਿੰਡਾ ਦੇ ਐਸਐਸਪੀ ਫਿਰੋਜ਼ਪੁਰ ਨਾਲ ਸਨ ਔਰ ਉਹਨਾਂ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਉਹਨਾਂ ਦਾ ਵੈਸੇ ਫੋਨ ਵੀ ਬੰਦ ਆ ਰਿਹਾ ਹੈ ਕਿਸੇ ਕਿਸਮ ਦੀ ਕੋਈ ਵੀ ਕਿਸ ਨਾਲ ਜਿਹੜੀ ਆ ਗੱਲਬਾਤ ਨਹੀਂ ਜੁੜ ਰਹੀ ਸੀ ਕਿ ਔਰ ਬਟਿੰਡਾ ਦੇ ਜਿੱਥੋਂ-ਜਿੱਥੋਂ ਦੀ ਪ੍ਰਧਾਨ ਮੰਤਰੀ ਲੰਘੇ ਨੇ ਉਸ ਰੂਟ ਨੂੰ ਜਿਹੜਾ ਕਿ ਵਾਚਿਆ ਗਿਆ ਕੁਲਬੀਰ ਨੋਟਿਸ ਕਰਨ ਦੱਸੋ ਨੋਟਿਸ ਐਸਐਸਪੀ ਨੂੰ ਜਾਰੀ ਹੋਇਆ ਉਸ ਮਾਮਲੇ 'ਚ ਕੋਈ ਅਪਡੇਟ ਹਾਲਾਂਕਿ ਟਾਈਮ ਕੱਲ ਤੱਕ ਦਾ ਦਿੱਤਾ ਗਿਆ ਹੈ ਜਾਰੀ ਕਰਨ ਦੇ ਵਿੱਚ ਕੋਈ ਗੱਲਬਾਤ ਨਿਕਲ ਕੇ ਆਰੀ ਹੋਵੇ ਸਾਹਮਣੇ ਕਿ ਉਹ ਆਪਣੇ ਵੱਲੋਂ ਕਿਸ ਤਰੀਕੇ ਦਾ ਜਵਾਬ ਦਾਖਲ ਕਰਨ ਦੀ ਤਿਆਰੀ 'ਚ ਨੇ ਹਜੇ ਤੱਕ ਜੇ ਦੇਖਿਆ ਜਾਵੇ ਨੋਟਿਸ ਜਾਰੀ ਹੋਣ ਤੋਂ ਬਾਅਦ ਕਿਉਂਕਿ ਉਹ ਲਗਾਤਾਰ ਟੀਮ ਦੇ ਨਾਲ ਨੇ ਟੀਮ ਦੇ ਸੰਪਰਕ ਦੇ ਵਿੱਚ ਨੇ ਜਦੋਂ ਉਹਨਾਂ ਨਾਲ ਗੱਲਬਾਤ ਹੁੰਦੀ ਆ ਤਾਂ ਜਰੂਰ ਪਤਾ ਲੱਗੇਗਾ ਪਰ ਫਿਲਹਾਲ ਹਜੇ ਤੱਕ ਕਿਸੇ ਕਿਸਮ ਦੀ ਕੋਈ ਗੱਲਬਾਤ ਜਿਹੜੀ ਆ ਉਹ ਬਾਹਰ ਨਹੀਂ ਆ ਰਹੀ ਉੱਚ ਅਧਿਕਾਰੀਆਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਵੱਲੋਂ ਵੀ ਕੋਈ ਕਿਸੇ ਕਿਸਮ ਦਾ ਕੋਈ ਵਧੀਆ ਰਿਸਪਾਂਸ ਜਿਹੜਾ ਕਿ ਉਹ ਨਹੀਂ ਦਿੱਤਾ ਜਾ ਰਿਹਾ ਠੀਕ ਹੈ ਕੁਲਵੀਰ ਜਾਣਕਾਰੀ ਸਾਂਝ ਪਾਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ